ਅਸਲਾਮ ਵਾਲੇਕੁਮ ਰਹਿਮਤੁਲਲਾ ਜੀ ਦੋਸਤੋ, ਇਹ ਨਾ ਸਟੈਂਡ ਬਣਾਇਆ ਪਲੇਟਾਂ ਦਾ, ਠੀਕ ਹੈ ਜੀ। ਇਹ ਜਨਾਬ ਉੱਤੋਂ ਆਈ ਤਾਂ ਜਾ ਰਿਹਾ ਵਿਚਕਾਰ, ਇਹਦੇ ਗੋਲ ਪੈਪ ਲੱਗੇ ਆ, ਠੀਕ ਹੈ। ਇਹ ਜਨਾਬ ਇਹਦਾ ਪਹਿਲਾ ਪੈਰ ਹੈ, ਠੀਕ ਹੈ ਜੀ। ਨਜ਼ਰ ਆ ਰਿਹਾ ਪਹਿਲਾ ਪੈਰ, ਠੀਕ ਹੈ ਜੀ। ਇਹ ਆ ਜਿਹੜੀ ਗੈਲਰੀ ਹੈ ਨਾ, ਇਹ ਗੈਲਰੀ ਹੁਣ ਥੱਲੇ ਤੱਕ ਜ਼ਮੀਨ ਤੱਕ ਗਈ ਹੈ। ਇਹ ਜਿਹੜੀ ਪਹਿਲੀ ਗੈਲਰੀ ਹੈ ਨਾ, ਥੱਲੇ ਜ਼ਮੀਨ ਤੱਕ, ਇਹਦੇ ਛੱਤ ਉੱਤੇ ਵੀ ਹੈ। ਇਹ ਅੱਗੋਂ ਅੱਲਾ ਤੁਹਾਡਾ ਬੜਾ ਕਰੇ, ਛੱਤ ਜਿਹੜਾ ਹੈ ਨਾ ਉਹ ਜੇ ਟੀ ਟੈਲਾਂ ਦਾ, ਠੀਕ ਹੈ। ਦੀਵਾਰ ਵਿੱਚ ਤਰੈ ਕਾਬਲੇ ਵੀ ਥੱਲੇ ਲੱਗੇ ਹੋਏ ਨੇ, ਠੀਕ ਹੈ ਜੀ। ਇਹ ਅਗਲਾ ਪੈਰ, ਇਸ ਤੋਂ ਦੋਨੋਂ ਖਾਂਦੇ ਆ ਜਨਾਬ। ਅਗਲਾ ਪੈਰ ਜੀ ਇਹ, ਠੀਕ ਹੈ ਜਨਾਬ। ਇਹ ਪੈਰ ਅਗਲਾ, ਠੀਕ ਹੈ ਜੀ। ਇਹਦੀ ਸਪੈਸ਼ਲਿਟੀ ਜਿਹੜੀ ਹੈ ਨਾ, ਉਹ ਵੀ ਤੁਹਾਨੂੰ ਦੱਸਦੇ ਹਾਂ ਇਹਦੀ ਸਪੈਸ਼ਲਿਟੀ ਕੀ ਹੈ, ਠੀਕ ਹੈ। ਇਸ ਪੈਪ ਨਾਲ ਅੱਗੋਂ ਇਹ ਗੈਲਰੀ ਆ ਲੱਗੀ ਹੈ। ਇਹ ਗੈਲਰੀ ਪਰਲੀ ਦੀਵਾਰ ਵਿੱਚ ਕਾਬਲੇ ਲੱਗੇ ਨੇ 670 ਦੇ, ਠੀਕ ਹੈ ਜੀ। ਇਹ ਨਜ਼ਰ ਆ ਰਹੀ ਹੈ ਸਾਨੂੰ। ਹੈਲੋ ਜਨਾਬ, ਬਾਕੀ ਉਸ ਪਾਸੇ ਹੋ ਕੇ ਤੁਹਾਨੂੰ ਖਾਂਦੇ ਹਾਂ। ਇਹਦੀ ਸਪੈਸ਼ਲਿਟੀ ਇਹ ਜੇ, ਮੈਂ ਇੱਕ ਮਿੰਟ, ਇਹ ਜਨਾਬ ਇਹਦੀ ਸਪੈਸ਼ਲਿਟੀ ਇਹ ਜੇ ਕਿ ਇਹ ਜਿਹੜਾ ਨਾ, ਇਸ ਸਾਈਡ ਤੋਂ ਅਗਰ ਡਾਊਨ ਕਰਨਾ ਨਾ, ਚੜ੍ਹਦੇ ਵਾਲੀ ਸਾਈਡ ਤੋਂ, ਚੜ੍ਹਦੇ ਵਾਲੀ ਸਾਈਡ ਤੋਂ ਡਾਊਨ ਹੋ ਜਾਏਗਾ। ਦੁਪਹਿਰੇ ਜਿਵੇਂ ਹੁਣ ਪਏ ਆ ਇੰਝ ਰਵੇ ਦਾ, ਅਤੇ ਫਿਰ ਸੁਬਹਾ ਟਾਈਮ ਫਿਰ ਨਾ ਸੋਰੀ ਸ਼ਾਮ ਟਾਈਮ ਫਿਰ ਲਾਂਦੇ ਵਾਲੇ ਪਾਸੇ ਜਿਹੜਾ ਨਾ ਇਹ ਡਾਊਨ ਹੋ ਜਾਏਗਾ। ਇਹ ਇਹਨਾਂ ਦੀਆਂ ਪੁਰਾਣੀਆਂ ਅਗਲੀਆਂ ਪਲੇਟਾਂ ਪਈਆਂ ਨੇ, ਠੀਕ ਹੈ ਜੀ। ਉਹ ਉਤਲੀਆਂ ਨਵੀਆਂ ਨੇ, ਇਹ ਸਾਰਾ ਜਿਹੜਾ ਨਾ ਇਹ 30 ਪਲੇਟਾਂ ਲੱਗੀਆਂ, ਜਿਹਦੇ ਉੱਤੇ ਆਟਾ ਚੱਕੀਆਂ, ਇਹਦਾ ਮਾਲ ਗੋਦਾਮ ਸਾਰਾ ਚੱਲਣਾ, ਠੀਕ ਹੈ ਜੀ। ਅਤੇ ਉਮੀਦ ਹੈ ਬੜੀ ਅੱਲਾ ਦੇ ਦਰ ਦੀ ਕਿ ਮਜ਼ਾ ਆਵੇ ਦਾ। ਅੱਲਾ ਪਾਕ ਆਪਣਾ ਕਰਮ ਕੀਤਾ, ਰਹਿਮ ਕੀਤਾ, ਅਤੇ ਚਾਸ ਪੂਰੀ ਆਵੇ ਦੀ ਚੱਲਣੇ ਦੀ ਇਹਨਾਂ ਦੀ ਨਾ। ਅਤੇ ਕਿਸੇ ਕੋਲ ਮੁਫੀਦ ਕੋਈ ਮਸ਼ਰਾ ਹੋਵੇ ਤਾਂ ਉਹ ਵੀ ਜ਼ਰੂਰ ਦੇਵੇ ਜੇ। ਇਹ ਇੱਥੇ ਵੇਖੋ ਇਹਨਾਂ ਦਾ ਇਹ ਡੱਕਣੇ ਵਾਲਾ ਸਿਸਟਮ ਲੱਗਿਆ, ਸਰੀਆ ਇੱਥੇ ਆਏਗਾ, ਇਹ ਡੱਕ ਲਏਗਾ ਇਸ ਨਾਲ, ਠੀਕ ਹੈ ਜੀ। ਇਸੇ ਤਰ੍ਹਾਂ ਦੂਜੇ ਪਾਸੇ ਵੀ ਹੈ, ਐਵੇਂ ਦੇਖ ਇਹ ਵੀ ਜਿਸ ਵੇਲੇ ਦੁੱਲਾਂ ਦੀਆਂ ਡਾਊਨ ਕਰਨੀਆਂ ਨਾ ਉਸ ਵੇਲੇ, ਠੀਕ ਹੈ ਜੀ, ਠੀਕ ਹੈ ਜੀ। ਅਸਲਾਮ ਵਾਲੇਕੁਮ।